ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਇੱਕ ਵਾਰ ਫੇਰ ਵਿੱਤੀ ਸੰਕਟ ਦਾ ਸਾਹਮਣਾ ਕਰਨ ਦੇ ਲਈ ਸਾਹਮਣੇ ਆ ਰਿਹਾ ਹੈ ਮਾਮਲਾ ਕੀ ਹੈ ਉਸ ਦੀ ਜਾਣਕਾਰੀ ਅਸੀਂ ਲਵਾਂਗੇ ਪੰਜਾਬ ਪਾਵਰਕਮ ਇੰਜੀਨੀਅਰਸ ਐਸੋਸੀਏਸ਼ਨ ਦੇ ਜਿਹੜੇ ਜਨਰਲ ਸੈਕਟਰੀ ਨੇ ਅਜੀਪਾਲ ਸਿੰਘ ạtwal ਉਹ ਮੇਰੇ ਨਾਲ ਮੌਜੂਦ ਨੇ ạtwal ਸਾਹਿਬ ਨਾਲ ਗੱਲ ਕਰ ਲੈਂਦੇ ਆ ਸਰ ਕਿਸ ਤਰ੍ਹਾਂ ਦਾ ਵਿੱਤੀ ਸੰਕਟ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਵਿੱਤੀ ਸੰਕਟ ਪੈਦਾ ਹੋਇਆ ਤੁਸੀਂ ਗੱਲ ਕਰ ਰਹੇ ਹੋ ਉਹ ਹੋਰ ਅੱਗੇ ਜਾ ਕੇ ਕਿੰਨਾ ਪਰੇਸ਼ਾਨ ਕਰ ਸਕਦਾ ਪੰਜਾਬ ਨੂੰ ਅਹ ਦੇਖੋ ਜੀ ਵਿੱਤੀ ਸੰਕਟ ਖਾਸ ਤੌਰ ਤੇ ਪਾਵਰ ਸੈਕਟਰ ਵਰਗੇ ਇੱਕ ਇਹ ਜਿਹਾ ਮਹੱਤਵਪੂਰਨ ਵਿਭਾਗ ਚ ਜਿਹਦੇ ਉੱਤੇ ਸਾਰਾ ਪੰਜਾਬ ਹੀ ਡਿਪੈਂਡੈਂਟ ਹੈ ਇਹ ਧਿਆਨ ਦੇਣ ਯੋਗ ਇੱਕ ਬੜੀ ਹੀ ਜ਼ਰੂਰੀ ਚੀਜ਼ ਹੈ ਤੇ ਇਸ ਦੇ ਵੱਲ ਧਿਆਨ ਖਿੱਚਣ ਵਾਸਤੇ ਹੀ ਅਸੀਂ ਅੱਜ ਐਸੋਸੀਏਸ਼ਨ ਵੱਲੋਂ ਪ੍ਰੋਟੈਸਟ ਵੀ ਕੀਤਾ ਤੇ ਤਾਂ ਕਿ ਆਮ ਲੋਕਾਂ ਦੇ ਧਿਆਨ ਵਿੱਚ ਇਹ ਚੀਜ਼ ਆਵੇ ਹੁਣ ਹੋਇਆ ਕੀ ਰਿਹਾ ਜੀ ਕਿ ਇਸ ਸਮੇਂ ਅਸੀਂ ਬਹੁਤ ਮਹਿੰਗੇ ਰੇਟ ਤੇ ਅਸੀਂ ਬਿਜਲੀ ਖਰੀਦ ਰਹੇ ਹਾਂ ਸਵੇਰ ਤੇ ਸ਼ਾਮ ਦੀ ਜਿਹੜੀ ਪੀਕ ਹੈ ਉੱਥੇ 10 ਰੁਪਏ ਤੋਂ ਵੀ ਵੱਧ ਰੇਟ ਪਰ ਯੂਨਿਟ ਦਾ ਸਾਡਾ ਆ ਰਿਹਾ ਹੈ ਜੀ ਤੇ ਉਹ ਉਹਦੀਆਂ ਪੇਮੈਂਟਸ ਆ ਉਹ ਬਹੁਤ ਸਟ੍ਰਿੰਜੈਂਟ ਨੇ 7 ਦਿਨ ਦੇ ਅੰਦਰ ਅੰਦਰ ਉਹ ਪੇਮੈਂਟ ਕਰਨੀ ਹੁੰਦੀ ਹੈ ਜੇ ਨਹੀਂ ਕਰਦੇ ਪੇਮੈਂਟ ਸਮੇਂ ਸਿਰ ਤਾਂ ਉੱਥੇ ਪੈਨਲਟੀਆਂ ਨੇ ਬਹੁਤ ਜ਼ਿਆਦਾ ਤੇ ਇਹ ਵੀ ਉਸ ਚ ਪੋਸਿਬਿਲਟੀ ਹੈ ਕਿ ਪੰਜਾਬ ਨੂੰ ਜਿਹੜੀ ਬਿਜਲੀ ਸਪਲਾਈ ਹੈ ਉਹ ਬੰਦ ਕੀਤੀ ਜਾ ਸਕਦੀ ਹੈ ਬਾਕੀ ਸੂਬਿਆਂ ਨੂੰ ਤੇ ਇਸੇ ਕਾਰਨ ਹੁਣ ਉਹ ਜਿਹੜੇ ਪੈਸੇ ਦਾ ਇੰਤਜ਼ਾਮ ਕਰਨ ਵਾਸਤੇ ਪਾਵਰ ਕਮ ਉਧਾਰ ਚੱਕ ਰਿਹਾ ਹੈ ਈਵਨ ਹੁਣ ਐਤਕੀ ਦਾ ਇਹ ਹਾਲਾਤ ਹੋ ਗਏ ਨੇ ਕਿ ਤਨਖਾਹਾਂ ਵੀ ਕਿਸ਼ਤਾਂ ਦੇ ਵਿੱਚ ਪਾਵਰ ਕਮ ਦੇ ਰਿਹਾ ਤੇ ਜਿਹੜਾ ਇਹਦੇ ਪਿੱਛੇ ਜਿਹੜਾ ਮੁੱਖ ਕਾਰਨ ਹੈ ਜੀ ਉਹ ਹੈ ਕਿ ਜਿਹੜੇ ਪਾਵਰ ਕਮ ਇੱਕ ਇਹੋ ਜਿਹਾ ਮਹਿਕਮਾ ਹੈ ਜਿਨੇ ਚੀਜ਼ ਦਾ ਕੈਸ਼ ਵਿੱਚ ਖਰੀਦਣੀ ਹੈ ਬਟ ਵੇਚ ਉਧਾਰਤ ਵਿੱਚ ਰਿਹਾ ਤੇ ਜਿਹੜੀ ਉਧਾਰੀ ਦਿੱਤੀ ਹੋਈ ਰਕਮ ਹੈ ਜੇ ਉਹ ਸਮੇਂ ਸਰ ਵਾਪਸ ਨਾ ਆਵੇ ਤਾਂ ਵਿੱਤੀ ਸਥਿਤੀ ਡਾਂਵੰਡੋਲ ਹੋਣੀ ਹੋਣੀ ਹੈ ਜੀ ਹੁਣ ਇੱਥੇ ਜਿਹੜੀ ਚੀਜ਼ ਧਿਆਨ ਦੇਣ ਵਾਲੀ ਹੈ ਜੀ ਉਹ ਇਹ ਹੈ ਕਿ ਸਾਡਾ ਜਿਹੜਾ ਸਭ ਤੋਂ ਵੱਡਾ ਗਾਹਕ ਹੈ ਬਿਜਲੀ ਦੇ ਖੇਤਰ ਵਿੱਚ ਉਹ ਪੰਜਾਬ ਸਰਕਾਰ ਹੀ ਹੈ ਸਬਸਿਡੀ ਦੀਆਂ ਰਕਮਾਂ ळा ਕੇ ਹੋਰ ਸਭ ਕੁਝ ਕਰਕੇ ਸਾਡਾ ਜਿਹੜਾ ਕੁੱਲ ਮਾਲੀਆ ਪਿਛਲੇ ਸਾਲ ਦਾ ਸੀ 45000 ਕਰੋੜ ਪਲੱਸ ਸੀ ਤੇ ਉਹਦੇ ਵਿੱਚੋਂ ਲਗਭਗ 20000 ਕਰੋੜ ਸਿਰ ਪੰਜਾਬ ਸਰਕਾਰ ਦਾ ਹੀ ਦੇਣਦਾਰੀਆਂ ਨੇ ਜਿਦੇ ਵਿੱਚੋਂ ਚਲੋ ਸਰਕਾਰ ਵੱਲੋਂ ਸਮੇਂ ਸਿਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮਾੜੀ-ਮੋਟੀ ਹੇਰਫੇਰ ਵੀ ਉਹਦੇ ਵਿੱਚ ਕੋਈ ਡੇਟਾ ਅੱਗੇ ਕਰ ਦਿੰਦੀਆਂ ਕੋਈ ਪੇਮੈਂਟ ਡਿਲੇ ਕਰ ਦਿੰਦੀ ਸਮੇਂ ਸਿਰ ਨਾ ਦਿੰਦੀ ਸਾਡੇ ਵਾਸਤੇ ਇੱਕ ਸੰਕਟ ਖੜਾ ਕਰ ਦਿੰਦੀ ਹੈ ਜੀ ਤੇ ਹੁਣ ਵੀ ਉਹੀ ਵਾਪਰਿਆ ਤੇ ਅੱਜ ਜੋ ਹੋਇਆ ਹੈ ਕਿ ਅੱਜ ਸਾਨੂੰ ਅੱਗੇ ਤਾਂ ਬਿਜਲੀ ਵਿਭਾਗ ਹੈ ਜਿਹੜਾ ਕਿਸ਼ਤਾਂ ਕਰਦਾ ਸੀ ਡਿਫਾਲਟਰਾਂ ਦੀਆਂ ਕਿ ਜੇ ਤੁਸੀਂ ਬਿਜਲੀ ਦਾ ਬਿੱਲ ਨਹੀਂ ਦੇ ਪਾਰੇ ਤਾਂ ਕਿਸੇ ਇੰਨੀ ਦੇ ਦਿਓ ਕਿਸ਼ਤਾਂ ਕਰ ਲਓ ਹੁਣ ਸਾਨੂੰ ਤਨਖਾਹਾਂ ਵੀ ਕਿਸ਼ਤਾਂ ਦੇ ਵਿੱਚ ਮਿਲ ਰਹੀਆਂ ਨੇ ਸਰ ਕੀ ਇਹ ਕਾਰਨ ਕੀ ਹੈ ਜਿਸ ਤਰ੍ਹਾਂ ਤੁਸੀਂ ਤਨਖਾਹਾਂ ਦੀ ਗੱਲ ਕਰ ਰਹੇ ਹੋ ਆਉਣ ਵਾਲਾ ਵਿੱਤੀ ਸੰਕਟ ਵੀ ਹੈ ਲੋਨ ਵੀ ਲਿਆ ਤੇ ਜਿਹੜਾ ਲੋਨ ਦੀ ਗੱਲ ਸਾਹਮਣੇ ਆ ਰਹੀ ਹੈ ਉਹ ਕਿਸ ਵਾਸਤੇ ਲਿਆ ਤੇ ਕਿਉਂਕਿ ਅੱਗੇ ਗਰਮੀ ਦਾ ਸੀਜ਼ਨ ਆਉਣਾ ਹੈ ਉਹ ਹੋਰ ਵੀ ਆਪਾਂ ਕਹਿ ਸਕਦੇ ਹਾਲਾਤ ਖਰਾਬ ਹੋ ਸਕਦੇ ਨੇ ਤੇ ਸਰਕਾਰ ਨੂੰ ਮੁੱਖ ਮੰਤਰੀ ਕਹਿ ਰਹੇ ਨੇ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਿਛਲੀ ਵਾਰੀ ਜਿਹੜਾ ਘਾਟਾ ਸੀ ਉਹ ਬਹੁਤ ਘਟ ਗਿਆ ਸੀਗਾ ਪਾਵਰ ਕਾਮ ਦਾ ਪਰ ਹਾਲਾਤ ਫਿਰ ਉਸੇ ਤਰ੍ਹਾਂ ਆ ਗਏ ਨੇ ਤੇ ਉਸ ਕਰਕੇ ਸਰਕਾਰੀ ਜਿਹੜੇ ادارے ਨੇ ਉਹਨਾਂ ਦੇ ਵਾਸਤੇ ਵੀ ਰਿਕਵਰੀ ਕਰਨੀ ਪਊਗੀ ਜਿਹੜੀ ਪੇਮੈਂਟ ਉਹਨਾਂ ਕੰਨੀ ਖੜਦੀ ਆ ਆ ਸਰਕਾਰੀ ਧਾਰਿਆਂ ਵਾਲਾ ਜੀ ਇਹ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਇਸ਼ੂ ਰੇਜ਼ ਕੀਤਾ ਸਰਕਾਰੀ ਧਾਰਿਆਂ ਵਾਲਾ ਸਾਡਾ 3100 ਕਰੋੜ ਰੁਪਏ ਖੜਾ ਹੈ ਤੇ ਉਹਦੇ ਵਿੱਚ ਉਮੀਦ ਵੀ ਬਹੁਤ ਘੱਟ ਹੈ ਕਿ ਉੱਥੋਂ ਕੋਈ ਪੈਸਾ ਸਾਨੂੰ ਸਮੇਂ ਸਿਰ ਆਊਗਾ ਵੀ ਅਸੀਂ ਇਸ ਸਬੰਧੀ ਮਾਨਯੋਗ ਵਿੱਤ ਮੰਤਰੀ ਜੀ ਨੂੰ ਮੇਲੇ ਸੀ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਰਿਟਰਨ ਚ ਅਪੀਲ ਵੀ ਕੀਤੀ ਹੋਈ ਹੈ ਸਾਡੇ ਬਿਜਲੀ ਮੰਤਰੀ ਆ ਉਹ ਵੀ ਇਸ ਬਾਰੇ ਅਵੇਅਰ ਨੇ ਤੇ ਅੱਜ ਫੇਰ ਤੁਹਾਡੇ ਮਾਧਿਅਮ ਰਾਹੀਂ ਮੈਂ ਅਪੀਲ ਕਰਾਂਗਾ ਕਿ ਪੰਜਾਬ ਸਰਕਾਰ ਦੇ ਜਿਹੜੇ ਵਿਭਾਗ ਨੇ ਉਹਨਾਂ ਵੱਲ ਜਿਹੜਾ 3100 ਕਰੋੜ ਦੀ ਡਿਫਾਲਟਿੰਗ ਹੈ ਉਹ ਪੈਸਾ ਜਲਦ ਤੋਂ ਜਲਦ ਪੀਐਸਪੀਸੀਐਲ ਨੂੰ ਪੇ ਕੀਤਾ ਜਾਵੇ ਤਾਂ ਕਿ ਜਿਹੜਾ ਵਿੱਤੀ ਸੰਕਟ ਹੈ ਇਸ ਤੋਂ ਲੰਘਿਆ ਜਾ ਸਕੇ ਹੁਣ ਇੱਥੇ ਇੱਕ ਜਿਹੜੀ ਚੀਜ਼ ਇੱਥੇ ਨੋਟ ਕਰਨ ਵਾਲੀ ਹੈ ਉਹਨੇ ਹੀ ਪੀਐਸਪੀਸੀਐਲ ਨੇ ਚਲੋ ਪੰਜਾਬ ਸਰਕਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹਜ਼ਾਰ ਕਰੋੜ ਰੁਪਏ ਦੇ ਵਿੱਚ ਇੱਕ ਥਰਮਲ ਖਰੀਦਿਆ ਹੈ ਤੇ ਉਹ ਜੇ ਆਪਾਂ ਤਿੰਨ ਥਰਮਲ ਖਰੀਦ ਸਕਦੇ ਸੀ ਜੇ ਆਹ ਡਿਫਾਲਟਿੰਗ ਦਾ ਪੈਸਾ ਜੇ ਬਿਜਲੀ ਬੋਰਡ ਕੋਲ ਹੁੰਦਾ ਤੇ ਐਵੇਂ ਦੀ ਜਿਹੜੀ ਆਹ ਮਹਿੰਗੀ ਬਿਜਲੀ ਜਿਹੜੀ ਸਾਨੂੰ ਬਾਹਰੋਂ ਲੈਣੀ ਪੈ ਰਹੀ ਹੈ ਜਿਹੜੀ ਸਥਿਤੀ ਉਭਜੀ ਹੋਈ ਹੈ ਇਹ ਐਵੇਂ ਦਾ ਕੰਮ ਨਾ ਹੁੰਦਾ ਤੇ ਇੱਥੇ ਇਹ ਵੀ ਇੱਕ ਜਿਹੜਾ ਮੈਂ ਤੁਹਾਡੇ ਧਿਆਨ ਦਾ ਹੀ ਤੁਹਾਡੇ ਰਾਹੀਂ ਲੋਕਾਂ ਦੇ ਧਿਆਨ ਵਿੱਚ ਲਿਆਉਣਾ ਚਾਹੂਗਾ ਉਹ ਹੈ ਕਿ ਸਾਡੇ ਬਠਿੰਡਾ ਥਰਮਲ ਨੂੰ ਤੋੜ ਦਿੱਤਾ ਗਿਆ ਤੇ ਰੋਪੜ ਦੇ ਦੋ ਯੂਨਿਟ ਤੋੜੇ ਗਏ ਤੇ ਜੇ ਉਹ ਅੱਜ ਯੂਨਿਟ ਇੱਥੇ ਬਿਜਲੀ ਦੇ ਹੁੰਦੇ ਤਾਂ ਸਾਨੂੰ ਇੰਨੀ ਮਹਿੰਗੀ ਬਿਜਲੀ ਬਾਹਰੋਂ ਨਾ ਖਰੀਦਣੀ ਪੈਂਦੀ ਜਨਵਰੀ ਮਹੀਨੇ ਦੇ ਵਿੱਚ ਹੀ ਲਗਭਗ 750 ਤੋਂ 800 ਕਰੋੜ ਦੇ ਵਿੱਚ ਸਿਰ ਬਿਜਲੀ ਖਰੀਦ ਦੇ ਉੱਤੇ ਪਾਵਰ ਕਮ ਨੇ ਖਰਚਾ ਕੀਤਾ ਤੇ ਐਵੇਂ ਦਾ ਖਰਚਾ ਸਾਨੂੰ ਨਾ ਕਰਨਾ ਪੈਂਦਾ ਅਸੀਂ ਆਪਣੇ ਥਰਮਲ ਰਾਹੀਂ ਬਿਜਲੀ ਘੱਟ ਰੇਟ ਤੇ ਬਣਾ ਸਕਦੇ ਸੀ ਤੇ ਸਾਡੀ ਅਪੀਲ ਆ ਪੰਜਾਬ ਸਰਕਾਰ ਨੂੰ ਇੱਕ ਤਾਂ ਜੀ ਸਾਡੀ ਡਿਫਾਲਟਿੰਗ ਦੇ ਪੈਸੇ ਆ ਉਹ ਦਿੱਤੇ ਜਾਣ ਸਮੇਂ ਸਰ ਸਬਸਿਡੀ ਦੇ ਪੈਸਿਆਂ ਨੂੰ ਇਨਸ਼ੋਰ ਕੀਤਾ ਜਾਵੇ ਕਿ ਸਮੇਂ ਸਿਰ ਆਉਂਦੇ ਰਹਿਣ ਤੇ ਨਾਲੇ ਹੀ ਜਿਹੜਾ ਪਬਲਿਕ ਸੈਕਟਰ ਦੇ ਵਿੱਚ ਸਟੇਟ ਸੈਕਟਰ ਦੇ ਵਿੱਚ ਸੁਪਰ ਕ੍ਰਿਟੀਕਲ ਯੂਨਿਟ ਹੈ ਰੋਪੜ ਤੇ ਲਹਿਰਾ ਇੱਥੇ ਲਾਏ ਜਾਣ ਤਾਂ ਕਿ ਬਿਜਲੀ ਦਾ ਖਰਚਾ ਘਟ ਸਕੇ ਜੀ ਐਸਓ ਇੰਜੀਨੀਅਰ ਅਜੀਪਾਲ ਸਿੰਘ ਨੇ ਜਿਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਦੇ ਉੱਪਰ ਗੌਰ ਕਰਨ ਕਿ ਜਿਹੜੇ ਡਿਫਾਲਟਰ ਨੇ ਸਰਕਾਰੀ ਵਿਭਾਗ ਨੇ ਸਭ ਤੋਂ ਵੱਧ ਜਿਹੜੀ ਰਕਮ ਹੈ ਉਹ ਸਰਕਾਰੀ ਵਿਭਾਗਾ ਕੰਨੀ ਖੜੀ ਹੈ ਤੇ ਜੋ ਪੈਸਾ ਪਾਵਰ ਕਾਮ ਨੂੰ ਮਿਲਦਾ ਹੈ ਤਾਂ ਪਾਵਰ ਕਾਮ ਵਿੱਤੀ ਸੰਕਟ ਦੇ ਵਿੱਚ ਉੱਭਰ ਸਕਦਾ ਹੈ ਤੇ ਉਹਦੀ ਜਿਹੜੀ ਵਿੱਤੀ ਹਾਲਤ ਹੈ ਉਹ ਬਹੁਤ ਹੱਦ ਤੱਕ ਸਹੀ ਹੋ ਸਕਦੀ ਹੈ ਪਰ ਜੇਕਰ ਜਿਹਾ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਵਿੱਚ ਖਾਸ ਤੌਰ ਤੇ ਗਰਮੀ ਦੇ ਸੀਜ਼ਨ ਵਿੱਚ ਪਾਵਰ ਕਾਮ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਤੇ ਇਸ ਦਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਵੀ ਹੋਊਗਾ ਪਟਿਆਲਾ ਤੋਂ ਮਨੋਜ ਸ਼ਰਮਾ న్యూਸ 18 ਪੰਜਾਬ